ਅਕਾਲੀ ਦਲ ਹਮੇਸ਼ਾ ਸਿਆਸਤ ਕਰ ਰਿਹਾ ਪੰਥ ਦੀ। ਜਦੋਂ ਰਾਜ 'ਚ ਹੁੰਦੇ ਆ ਉਦੋਂ ਤਾਂ ਇਹਨਾਂ ਨੂੰ ਪੰਥ ਯਾਦ ਨਹੀਂ ਆਉਂਦਾ, ਉਦੋਂ ਤਾਂ ਲੋਕਾਂ ਦੇ ਧੀਆਂ ਪੁੱਤ ਮਰਵਾ ਦਿੰਦੇ ਆ, ਅਤੇ ਜਿੱਦਣ ਰਾਜ 'ਚੋਂ ਬਾਹਰ ਹੋ ਜਾਂਦੇ ਉਦਣ ਪੰਥ ਦੀਆਂ ਗੱਲਾਂ ਕਰਨ ਲੱਗ ਪੈਂਦੇ। ਦੇਖੋ ਜੇ ਪੰਜਾਬ ਦੀ ਵਿਜੀਲੈਂਸ ਕੋਈ ਕਾਰਵਾਈ ਕਰੇ, ਕੋਈ ਐਕਸ਼ਨ ਲਵੇ, ਫਿਰ ਤਾਂ ਕਹਿੰਦੇ ਭ੍ਰਿਸ਼ਟਾਚਾਰ 'ਤੇ ਵਾਰ, ਅਤੇ ਜੇ ਕੋਈ ED ਕਰੇ ਤਾਂ ਉਦਣ ਹੀ ਕੇਜਰੀਵਾਲ ਸਾਹਿਬ ਸ਼ੁਰੂ ਕਰ ਦਿੰਦੇ ਅੱਤਿਆਚਾਰ ਅੱਤਿਆਚਾਰ ਅੱਤਿਆਚਾਰ। ਬਾਜਵਾ ਸਾਹਿਬ ਕਾਲੇ ਰਹਿੰਦੇ ਕਿ ਬਿੱਟੂ ਨਾਲ ਬਿਆਨ ਦੇ ਦੇ, ਬਿੱਟੂ ਜੀ ਕਾਲੇ ਰਹਿੰਦੇ ਆ ਕਿ ਰਾਜਾ ਵੜਿੰਗ ਨਾ ਦੇ ਦੇ, ਉਹ ਰਹਿੰਦੇ ਸਿੱਧੂ ਜੀ ਨਾ ਦੇ ਦੇਣ, ਪਰ ਇਹ ਨਹੀਂ ਵਹਿੰਦੇ ਕਿ ਮੁੱਦੇ ਕੀ ਹੈ ਪੰਜਾਬ ਦੇ, ਕਿੰਨਾ ਮੁੱਦਿਆਂ ਨਾਲ ਪੰਜਾਬ ਨੂੰ ਲੀਹ ਲਿਆਂਦਾ ਜਾ ਸਕਦਾ। ਅੱਜ ਦੇਸ਼ ਨੇ ਜਵਾਬ ਦਿੱਤਾ ਕਿ ਕਿਸ ਤਰੀਕੇ ਆਪ ਨੂੰ ਹਿੰਦੁਸਤਾਨ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਨੂੰ ਨੋਟਾਂ ਤੋਂ ਘੱਟ ਵੋਟ ਪਈ ਹੋ, ਨੋਟਾਂ ਦੀਆਂ ਵੋਟਾਂ ਵੀ ਉਹਨਾਂ ਤੋਂ ਦੁੱਗਣੀ ਹੈ। ਇੰਡੀਆ ਗਠਜੋੜ ਦਾ ਮਕਸਦ ਵੀ ਸੱਤਾ ਹਾਸਲ ਕਰਨਾ। ਹੁਣ ਦੇਸ਼ ਦੇ ਆਪਣੇ ਲੋਕ ਬੜੇ ਸਿਆਣੇ ਹੋ ਗਏ ਆ, ਉਹਨਾਂ ਦੇਖ ਲਿਆ ਕਿ ਪਿਛਲੇ 9 ਸਾਲ ਦਾ ਜਿਹੜਾ ਮੋਦੀ ਸਾਹਿਬ ਦਾ ਸ਼ਾਸਨ ਹੈ, ਜਿਹੜਾ ਇਹਨਾਂ ਨੇ 9 ਸਾਲ ਸੇਵਾ ਕੀਤੀ ਹੈ, ਕੋਈ 1 ਰੁਪਏ ਦਾ ਕਰਪਸ਼ਨ ਦਾ ਇਲਜ਼ਾਮ ਨਹੀਂ ਲਾ ਸਕਦਾ। ਦੇਖੋ ਉਹ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਸੀ ਪਿਛਲੇ ਮੇਰੇ ਖਿਆਲ ਨਾਲ ਤਕਰੀਬਨ 10-12 ਸਾਲ, ਉਹਦੇ 'ਤੇ ਕਈ ਸਿੱਟ ਬਣੀਆਂ, ਕਿਸੇ ਨੇ ਕੋਈ ਫੈਸਲਾ ਨਹੀਂ ਸੀ ਲਿਆ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਹੈ। ਪਰ ਐਤਕੀ ਜਦੋਂ ਮੌਜੂਦਾ ਸਰਕਾਰ ਦੇ ਵਕੀਲਾਂ ਨੂੰ ਉੱਥੇ ਪੁੱਛਿਆ ਗਿਆ ਕੋਰਟ ਬੰਨਿਓ ਕਿ ਤੁਸੀਂ ਇਹ 'ਤੇ ਫੈਸਲਾ ਕੀ ਲਓਗੇ, ਉਹਨਾਂ ਕੋਲ ਘਿਰੇ ਕਈ ਮਸਲਿਆਂ 'ਚ ਹੈ, ਉਹਨਾਂ ਨੂੰ ਇੱਕ ਚੀਜ਼ ਮਿਲ ਗਈ ਲੋਕਾਂ ਸਾਹਮਣੇ ਲਿਆਉਣ ਲਈ, ਉਹਨਾਂ ਸਿੱਧਾ ਪਰਚਾ ਦੇ ਦਿੱਤਾ। ਪਿਛਲੇ 10 ਸਾਲ ਤੋਂ ਚੱਲਿਆ ਆ ਰਿਹਾ ਕੇਸ ਆ, ਉਹਦੇ 'ਚ ਕੋਈ ਹਜੇ ਤੱਕ ਕੋਈ ਪ੍ਰੂਫ ਨਹੀਂ ਆਇਆ ਕਿਸੇ ਚੀਜ਼ ਦਾ, ਉਹ ਸਿਰਫ ਪੋਲੀਟਿਕਸ ਡਾਇਵਰਟ ਕਰਨ ਦੀ ਖੇਡਦੇ ਆ। ਮੈਂ ਅੱਗੇ ਵੀ ਹਰੇਕ ਸਟੇਜ ਤੋਂ ਆਉਣਾ ਮਾਨ ਸਾਹਿਬ ਨੂੰ ਵੀ ਅਪੀਲ ਕਰਦਾ ਵੀ ਇਹ ਡਾਇਵਰਟ ਕਰਨ ਦੀ ਪੋਲੀਟਿਕਸ ਖੇਡਣੀ ਬੰਦ ਕਰੀਏ। ਇਹ ਸਮੇਂ ਬਦਲਦੇ ਰਹਿਣੇ, ਸਮੇਂ ਉਹੋ ਜਿਹੇ ਨਹੀਂ ਰਹਿੰਦੇ, ਕੰਮ ਉਹ ਕਰੀਏ ਜਿੰਨੀ ਅੱਜ ਕਰੀਏ ਕੱਲ੍ਹ ਨੂੰ ਸਾਰ ਵੀ ਸਕਦੇ। ਇਹ ਲੋਕ ਕੁਰਸੀ ਦੇ ਭੁੱਖੇ ਲੋਕ ਹੈ, ਇਹ ਲੋਕ ਸੱਤਾ ਦੀ ਲੜਾਈ ਲੜਨ ਵਾਲੇ ਲੋਕ ਹੈ, ਇਹ ਇਸ ਗੱਲੋਂ ਕਾਲੇ ਰਹਿੰਦੇ ਆ। ਬਾਜਵਾ ਸਾਹਿਬ ਕਾਲੇ ਰਹਿੰਦੇ ਕਿ ਬਿੱਟੂ ਨਾਲ ਬਿਆਨ ਦੇ ਦੇ, ਬਿੱਟੂ ਜੀ ਕਾਲੇ ਰਹਿੰਦੇ ਆ ਕਿ ਰਾਜਾ ਵੜਿੰਗ ਨਾ ਦੇ ਦੇ, ਉਹ ਰਹਿੰਦੇ ਸਿੱਧੂ ਜੀ ਨਾ ਦੇ ਦੇਣ, ਪਰ ਇਹ ਨਹੀਂ ਵਹਿੰਦੇ ਕਿ ਮੁੱਦੇ ਕੀ ਹੈ ਪੰਜਾਬ ਦੇ, ਕਿੰਨਾ ਮੁੱਦਿਆਂ ਨਾਲ ਪੰਜਾਬ ਨੂੰ ਲੀਹ ਲਿਆਂਦਾ ਜਾ ਸਕਦਾ, ਕਿੰਨਾ ਮੁੱਦਿਆਂ ਨਾਲ ਸਰਕਾਰ ਨੂੰ ਘੇਰਿਆ ਜਾ ਸਕਦਾ। ਸੋ ਇਹ ਸੱਤਾ ਦੇ ਭੁੱਖੇ ਲੋਕ ਹੈ, ਲੋਕਾਂ ਨੇ ਅੱਗੇ ਨਕਾਰਤੇ ਹੈ, ਦੇਸ਼ 'ਚ ਵੀ ਨਕਾਰਤੇ ਹੈ। ਤੁਸੀਂ ਦੇਸ਼ 'ਚ ਦੇਖੋ, ਇਹਨਾਂ ਨੇ ਦੇਸ਼ ਨੂੰ ਫਿਰ ਵੰਡਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ, ਉਹਨਾਂ ਨੇ ਕਿਹਾ ਕਿ ਜਾਤ ਪਾਤ ਦੇ ਨਾਂ ਦੇ ਉੱਤੇ ਦੁਬਾਰਾ ਸਰਵੇ ਹੋਣੇ ਚਾਹੀਦੇ ਹੈ, ਪਰ ਦੇਸ਼ ਨੇ ਅੱਜ ਕਰਾਰਾ ਜਵਾਬ ਦਿੱਤਾ 3 ਸਟੇਟਾਂ ਦੇ ਵਿੱਚ ਉੱਥੇ ਜਿਹੜੇ ਚੋਣ ਨਤੀਜੇ ਲਿਆ ਕੇ ਕਿ ਦੇਸ਼ ਨੂੰ ਅੱਜ ਜਾਤ ਪਾਤ ਦੇ ਨਾਂ 'ਤੇ ਵੰਡਣ ਦੀ ਲੋੜ ਨਹੀਂ, ਦੇਸ਼ ਮੋਦੀ ਜੀ ਦੀ ਅਗਵਾਈ ਦੇ ਵਿੱਚ ਅੱਗੇ ਵੱਧ ਰਿਹਾ, ਦੇਸ਼ ਨੂੰ ਅੱਗੇ ਦੇਸ਼ ਦੀਆਂ ਮਹਿਲਾਵਾਂ ਲੈ ਕੇ ਜਾਣਗੀਆਂ, ਦੇਸ਼ ਨੂੰ ਇੱਥੇ ਦਾ ਯੁਵਾ ਲੈ ਕੇ ਜਾਊਗਾ, ਕਿਸਾਨ ਲੈ ਕੇ ਜਾਊਗਾ, ਗਰੀਬ ਵੰਚਿਤ ਲੈ ਕੇ ਜਾਊਗਾ, ਅਤੇ ਦੇਸ਼ 2047 ਦੇ ਵਿੱਚ ਵਿਕਸਿਤ ਭਾਰਤ ਬਣ ਕੇ ਬੜੇ ਵੱਡੇ ਪੱਧਰ ਦੇ ਉੱਤੇ ਅੱਗੇ ਆਊ। ਇੰਡੀਆ ਗਠਜੋੜ ਦਾ ਮਕਸਦ ਵੀ ਸੱਤਾ ਹਾਸਲ ਕਰਨਾ।
ਹੁਣ ਦੇਸ਼ ਦੇ ਆਪਣੇ ਲੋਕ ਬੜੇ ਸਿਆਣੇ ਹੋ ਗਏ ਆ, ਉਹਨਾਂ ਦੇਖ ਲਿਆ ਕਿ ਪਿਛਲੇ 9 ਸਾਲ ਦਾ ਜਿਹੜਾ ਮੋਦੀ ਸਾਹਿਬ ਦਾ ਸ਼ਾਸਨ ਹੈ, ਜਿਹੜਾ ਇਹਨਾਂ ਨੇ 9 ਸਾਲ ਸੇਵਾ ਕੀਤੀ ਹੈ, ਕੋਈ 1 ਰੁਪਏ ਦਾ ਕਰਪਸ਼ਨ ਦਾ ਇਲਜ਼ਾਮ ਨਹੀਂ ਲਾ ਸਕਦਾ। ਅਤੇ ਅੱਜ ਚਾਹੇ ਆਪ ਦੇ ਤੁਸੀਂ ਮੁੱਖ ਮੰਤਰੀ ਦੇਖ ਲਓ, ਆਪ ਦੇ ਮੰਤਰੀ ਦੇਖ ਲਓ, 100 ਕਰੋੜ 1000 ਕਰੋੜ ਦੇ ਇਹਨਾਂ 'ਤੇ ਇਲਜ਼ਾਮ ਲੱਗ ਰਹੇ ਆ ਐਕਸਾਈਜ਼ ਦੇ। ਚਾਹੇ ਤੁਸੀਂ ਕਾਂਗਰਸ ਦੇ ਰਾਜ ਸਭਾ ਮੈਂਬਰ ਦੇਖ ਲਓ, 350 ਕਰੋੜ ਰੁਪਈਆ ਕੈਸ਼ ਲੱਭਿਆ ਉਹਨਾਂ ਦੇ ਘਰ। ਜੇ ਆਪਾਂ ਸਾਰੇ ਪੰਜਾਬੀ ਆਪਣੇ ਘਰ ਦਾ ਪੈਸਾ ਇਕੱਠਾ ਕਰ ਲਈਏ, ਆਪਣੇ ਪੰਜਾਬ 'ਚ 350 ਕਰੋੜ ਰੁਪਈਆ ਘਰਾਂ 'ਚ ਕੈਸ਼ ਨਹੀਂ ਹੋਣਾ। ਇੱਥੋਂ ਪਤਾ ਲੱਗਦਾ ਕਿ ਉਹਨਾਂ ਦਾ ਹੀ ਸੋਚ ਹੀ ਸਿਰਫ ਕਰਪਸ਼ਨ 'ਤੇ ਰਾਜ ਲੈਣਾ। ਦੇਖੋ, ਜੇ ਪੰਜਾਬ ਦੀ ਵਿਜੀਲੈਂਸ ਕੋਈ ਕਾਰਵਾਈ ਕਰੇ, ਕੋਈ ਐਕਸ਼ਨ ਲਵੇ, ਫਿਰ ਤਾਂ ਕਹਿੰਦੇ ਭ੍ਰਿਸ਼ਟਾਚਾਰ 'ਤੇ ਵਾਰ। ਅਤੇ ਜੇ ਕੋਈ ED ਕਰੇ ਤਾਂ ਉੱਦਣ ਹੀ ਕੇਜਰੀਵਾਲ ਸਾਹਿਬ ਸ਼ੁਰੂ ਕਰ ਦਿੰਦੇ ਅਤਿਆਚਾਰ। ਅਤੇ ਮੈਂ ਕੇਜਰੀਵਾਲ ਸਾਹਿਬ ਨੂੰ ਕਹਿ ਦਿੰਦਾ, ਜਿੰਨਾ ਮਰਜ਼ੀ ਭੱਜ ਲਓ, ਇਹ ਜਿਹੜੀ ਵਿਪਾਸਨਾ 'ਚ ਗਏ ਹੋ, ਕਿੰਨੇ ਦਿਨ ਰਹਿ ਲਓਗੇ? ਇਹ ਭੱਜਿਆ ਨਹੀਂ ਸਰਨਾ। ਅੱਜ ਦੇਸ਼ ਜਵਾਬ ਮੰਗ ਰਿਹਾ ਕਿ ਕਿਵੇਂ ਤੁਸੀਂ ਠੱਗੀਆਂ ਲਾ ਰਹੇ ਹੋ, ਕਿੱਥੇ 9 ਮਾਸ ਦੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ, ਕਿਵੇਂ ਤੁਸੀਂ ਕਰਪਸ਼ਨ ਕਰ ਰਹੇ ਹੋ। ਅੱਜ ਦੇਸ਼ ਜਾਣ ਚੁੱਕਿਆ, ਅੱਜ ਦੇਸ਼ ਨੇ ਜਵਾਬ ਦਿੱਤਾ ਕਿ ਕਿਸ ਤਰੀਕੇ ਆਪ ਨੂੰ ਹਿੰਦੁਸਤਾਨ ਦੇ ਵਿੱਚ ਇੱਕ ਨੈਸ਼ਨਲ ਪਾਰਟੀ ਨੂੰ ਨੋਟਾਂ ਤੋਂ ਘੱਟ ਵੋਟ ਪਈ ਹੋ, ਨੋਟਾਂ ਦੀਆਂ ਵੋਟਾਂ ਵੀ ਉਹਨਾਂ ਤੋਂ ਦੁੱਗਣੀਆਂ, ਅੱਜ ਮੂੰਹ ਦੀ ਖਾਣੀ ਪਈ ਆ। ਅੱਜ ਉਹਨਾਂ ਕੋਲ ਕੋਈ ਰਾਹ ਨਹੀਂ ਲੋਕਾਂ ਨੂੰ ਫੇਸ ਕਰਨ ਦਾ, ਨਹੀਂ ਇਸੇ ਕਰਕੇ ਵਿਪਾਸ਼ਨਾ 'ਚ ਗਏ ਕਿ ਲੋਕਾਂ ਦੇ ਸਾਹਮਣੇ ਨਹੀਂ ਜਾ ਸਕਦਾ। ਦੇਖੋ, ਅਕਾਲੀ ਦਲ ਹਮੇਸ਼ਾ ਸਿਆਸਤ ਕਰ ਰਿਹਾ ਪੰਥ ਦੀ। ਜਦੋਂ ਰਾਜ 'ਚ ਹੁੰਦੇ ਆ ਉਦੋਂ ਤਾਂ ਇਹਨਾਂ ਨੂੰ ਪੰਥ ਯਾਦ ਨਹੀਂ ਆਉਂਦਾ, ਉਦੋਂ ਤਾਂ ਲੋਕਾਂ ਦੇ ਧੀਆਂ ਪੁੱਤ ਮਰਵਾ ਦਿੰਦੇ ਆ, ਅਤੇ ਜਿੱਦਣ ਰਾਜ 'ਚੋਂ ਬਾਹਰ ਹੋ ਜਾਂਦੇ ਉੱਦਣ ਪੰਥ ਦੀਆਂ ਗੱਲਾਂ ਕਰਨ ਲੱਗ ਪੈਂਦੇ। ਤੁਹਾਡੇ ਜ਼ਰੀਏ ਮੈਂ ਦੇਸ਼ ਵਾਸੀਆਂ ਨੂੰ, ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਹੈ, ਇਹ ਕੇਂਦਰ ਦਾ ਮੁੱਦਾ ਨਹੀਂ, ਇਹ ਸੂਬੇ ਦਾ ਮੁੱਦਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਪ੍ਰਕਾਸ਼ ਪੁਰਬ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਦੋਂ ਹੀ ਇੱਕ ਚਿੱਠੀ ਲਿਖ ਕੇ 5 ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਉਹਦੇ 'ਚੋਂ ਸਿਰਫ 2 ਬੰਦੀ ਸਿੰਘ ਰਿਹਾਅ ਹੋਏ, ਪਰ ਅੱਜ ਵੀ 3 ਬੰਦੀ ਸਿੰਘ ਜੇਲ੍ਹਾਂ 'ਚ ਹੈ। ਇੱਕ ਆਪਣੇ ਪੰਜਾਬ ਦੀ ਜੇਲ੍ਹ 'ਚ ਹੈ, ਇੱਕ ਦਿੱਲੀ ਦੀ ਜੇਲ੍ਹ 'ਚ ਹੈ ਜਿੱਥੇ ਆਪ ਦੀ ਸਰਕਾਰ ਹੈ, 3 ਕਰਨਾਟਕਾ 'ਚ ਹੈ ਜਿੱਥੇ ਕਾਂਗਰਸ ਦੀ ਸਰਕਾਰ। ਸੋ ਦੇਸ਼ ਦੀ ਸਰਕਾਰ ਕੋਲ ਕੋਈ ਇਹੋ ਜਿਹੀ ਪਾਵਰ ਨਹੀਂ ਕਿ ਉਹ ਇਹਨਾਂ ਨੂੰ ਛੱਡ ਸਕੇ। ਉਹ ਸਿਰਫ ਰਿਕਮੈਂਡੇਸ਼ਨ ਕਰ ਸਕਦੀ ਹੈ, ਛੱਡਣਾ ਸੂਬੇ ਦੀ ਸਰਕਾਰ ਨੇ ਹੁੰਦਾ। ਇਹਨਾਂ ਨੂੰ ਤੁਹਾਡੇ ਜ਼ਰੀਏ ਮੈਂ ਅਪੀਲ ਕਰੂੰਗਾ ਕਿ ਲੋਕਾਂ ਨੂੰ ਭਟਕਾਉਣਾ ਬੰਦ ਕਰੋ। ਲੋਕ ਸਿਆਣੇ ਆ, ਨਹੀਂ ਜਵਾਬ ਜਿਵੇਂ ਆਪ ਵਾਲਿਆਂ ਨੂੰ ਮਿਲਿਆ ਇਹਨਾਂ ਨੂੰ ਵੀ ਮਿਲੂ। ਦੇਖੋ, ਇਹ ਮੈਂ ਇੱਕ ਆਮ ਕਾਰਿਆਕਰਤਾ ਪਾਰਟੀ ਦਾ, ਇੱਕ ਆਮ ਵਰਕਰ ਹੈ, ਵੱਡੀਆਂ ਗੱਲਾਂ, ਪਰ ਅੱਜ ਕਿਸੇ ਵੀ ਪਲੈਟਫਾਰਮ ਦੇ ਉੱਤੇ ਕਿਤੇ ਵੀ ਕੋਈ ਗੱਲ ਨਹੀਂ। ਉਹ ਅਕਾਲੀ ਦਲ ਵਾਲੇ ਥੋੜ੍ਹੇ ਕੁ ਦਿਨਾਂ ਬਾਅਦ ਸ਼ਗੂਫਾ ਛੱਡ ਦਿੰਦੇ ਆ ਵੀ ਸਾਡੇ ਬੰਦੇ ਹੀ ਨਾ ਭੱਜ ਜਾਣ ਕਿਤੇ। ਉਹ ਕੋਈ ਇਲੈਕਸ਼ਨ ਹੋ ਕੇ ਲੱਗਦੀ ਹੈ, ਉਹ ਕਹਿੰਦੇ ਗੱਠਜੋੜ ਹੋ ਗਿਆ, ਅਸੀਂ ਇਹਨੂੰ ਮਿਲ ਲਏ, ਅਸੀਂ ਉਹਨੂੰ ਮਿਲ ਲਏ। ਤੁਹਾਡੇ ਜ਼ਰੀਏ ਮੈਂ ਆਪਣੇ ਪੰਜਾਬੀਆਂ ਨੂੰ ਕਲੈਰਿਟੀ ਦਿੰਦਾ, ਕਿਸੇ ਲੈਵਲ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਠਜੋੜ ਦੀ ਕੋਈ ਗੱਲ ਨਹੀਂ, ਅਤੇ ਨਾ ਹੀ ਕੋਈ ਸੰਭਾਵਨਾ ਆਉਂਦੇ ਟਾਈਮ। ਪੰਜਾਬ ਵਿੱਚ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਦੇਖਦੇ ਹੋ ਵੀ ਤੁਸੀਂ, ਜਿਸ ਤਰ੍ਹਾਂ ਹੁਣ ਮੰਗਿਆ ਕੀ ਸੀਗਾ ਤੁਹਾਡੇ ਵੱਲੋਂ, ਲੱਗਦਾ ਕਿ ਜਿਹੜੀਆਂ ਚੋਣਾਂ ਨੇ ਲੇਟ ਹੋ ਰਹੀਆਂ ਨੇ? ਇਹ ਲੇਟ ਹੋ ਨਹੀਂ ਰਹੀਆਂ, ਇਹ ਲੇਟ ਕਰਾਈਆਂ ਜਾ ਰਹੀਆਂ। ਇਹਦੇ ਪਿੱਛੇ ਹਿਡਨ ਏਜੰਡਾ, ਉਹਨਾਂ ਨੂੰ ਪਤਾ ਹੈ ਕਿ ਨੋਟਾਂ ਤੋਂ ਘੱਟ ਵੋਟਾਂ ਦੇਸ਼ 'ਚ ਪਈਆਂ, ਜੇ ਕਿਤੇ ਇੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਗਈਆਂ
ਅਤੇ ਅੱਜ ਪੰਜਾਬੀ ਮਨ ਬਣਾਈ ਬੈਠੇ ਕਿ ਭਾਰਤੀ ਜਨਤਾ ਪਾਰਟੀ ਦੇ ਮੇਅਰ ਵੀ ਬਣਾਉਣਗੇ, ਐਮ ਪੀ ਵੀ ਬਣਾਉਣਗੇ, ਪੰਚ ਸਰਪੰਚ ਵੀ ਬਣਾਉਣਗੇ। ਇਸ ਡਰ ਤੋਂ ਲੇਟ ਕੀਤੀਆਂ ਜਾ ਰਹੀਆਂ।